ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 2024 ਦੇ ਪੇਪਰਾਂ ਨੂੰ ਮੁੱਖ ਰੱਖਦੇ ਹੋਏ ਬਿਲਕੁਲ ਬੇਸਿਕ ਲੈਵਲ ਤੋਂ ਤੁਹਾਡੀਆਂ ਕਲਾਸਾਂ ਸਟਾਰਟ ਕੀਤੀਆਂ ਨੇ ਤੇ ਕੱਲ ਅਸੀਂ ਕਲਾਸ 1 ਲਗਾਈ ਆ ਜੀਓਗ੍ਰਾਫੀ ਦੀ ਜਿਸ ਦੇ ਵਿੱਚ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਮੈਪ ਦੇ ਵਿੱਚ ਸਮਝਿਆ ਵਾ ਤੁਸੀਂ ਉਸ ਕਲਾਸ ਨੂੰ ਵੀ ਪੂਰੀ ਧਿਆਨ ਨਾਲ ਅਟੈਂਪਟ ਕਰਨਾ ਤੇ ਅੱਜ ਅਸੀਂ ਉਸ ਕਲਾਸ ਦੇ ਵਿੱਚੋਂ ਉਸ ਲੈਕਚਰ ਦੇ ਵਿੱਚੋਂ ਕੁਝ ਇੰਪੋਰਟੈਂਟ ਐਮਸੀਕਿਊ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਜਿਹੜੇ ਕਿ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ View ਤੋਂ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹ ਸਾਰੇ ਐਮਸੀਕਿਊ ਜੋ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਬਣ ਸਕਦੇ ਆ ਉਹ ਅਸੀਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਨ ਵਾਲੇ ਆ ਅੱਜ ਦੀ ਇਹ ਕਲਾਸ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ ਸੋ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਚਾਹਾਂਗੀ ਕਿ ਜੇਕਰ ਤੁਸੀਂ 2024 ਦੇ ਵਿੱਚ ਆਉਣ ਵਾਲੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਲਾਈਕ ਪੰਜਾਬ ਪੁਲਿਸ ਕਨਸਟੇਬਲ ਸਬ ਇੰਸਪੈਕਟਰ ਪੰਜਾਬ ਪਟਵਾਰੀ ਪੀ ਟ੍ਰਿਪਲ ਐਸ ਬੀ ਦੁਆਰਾ ਲਈ ਗਈ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ অলਮੋਸਟ ਸਿਲੇਬਸ ਸਾਰਾ ਸੇਮ ਹੁੰਦਾ ਤੇ ਪੰਜਾਬ ਜੀ ਕਿ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਵੀ ਪਤਾ ਹੈ ਇਸ ਕਰਕੇ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਐਜ਼ ਅ ਟੈਸਟ ਮੰਨ ਕੇ ਚੱਲਣਾ ਜਿਹੜੇ ਸਟੂਡੈਂਟਸ ਨੇ ਕਲਾਸ 1 ਨਹੀਂ ਲਗਾਈ ਜੀਓਗ੍ਰਾਫੀ ਦੀ ਪਹਿਲਾਂ ਕਲਾਸ 1 ਲਗਾ ਲਓ ਉਸ ਦਿਨ ਨਾਲ ਤੁਹਾਨੂੰ ਬਹੁਤ ਸਾਨੀ ਹੋਵੇਗੀ ਤੁਸੀਂ ਆਪਣੇ ਆਪ ਹੀ ਆਨਸਰ ਦੇ ਸਕਦੇ ਹੋ ਜੋ ਵੀ ਤੁਹਾਡੇ ਕੋਲ ਅੱਜ ਦੇ AMCQ ਹੋਣਗੇ ਤੇ ਤੁਹਾਡੀ ਪ੍ਰੈਕਟਿਸ ਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਤੁਹਾਡੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋਇਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮਾਲਵਾ ਅਤੇ ਦੁਆਬਾ ਖੇਤਰ ਕਿਸ ਨਦੀ ਦੀ ਦੁਆਰਾ ਵਖ ਕੀਤੇ ਗਏ ਹਨ ਹਾਂਜੀ ਮਾਲਵਾ ਅਤੇ ਦੁਆਬਾ ਖੇਤਰ ਕਿਹੜੀ ਨਦੀ ਦੁਆਰਾ ਵਖ ਕੀਤੇ ਗਏ ਆ ਸਭ ਤੋਂ ਪਹਿਲਾਂ ਦੇਖੋ ਪੰਜਾਬ ਦੇ ਵਿੱਚ ਤਿੰਨ ਨਦੀਆਂ ਬੈੰਦੀਆਂ ਪਹਿਲਾਂ ਰਾਵੀ ਦੂਸਰੀ ਵਿਆਸ ਤੇ ਤੀਸਰੀ ਸਤਲੁਜ ਇਹ ਹੈਗੀ ਆ ਰਾਵੀ ਮੈਪ ਦੇ ਵਿੱਚ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ ਇਹ ਹੈਗੀ ਆ ਵਿਆਸ ਤੇ ਇਹ ਹੈਗੀ ਆ ਜੀ ਸਤਲੁਜ ਠੀਕ ਹੈ ਤੇ ਜਿਹੜਾ ਰਾਵੀ ਅਤੇ ਵਿਆਸ ਦੇ ਵਿੱਚ ਘਾਰ ਲਾ ਇਲਾਕਾ ਵਾ ਇਹਨੂੰ ਬੋਲਦੇ ਆ ਮਾਜਾ ਜਿਹੜਾ ਵਿਆਸ ਅਤੇ ਸਤਲੁਜ ਦੇ ਵਿਚਕਾਰ ਇਲਾਕਾ ਵਾ ਇਹਨੂੰ ਬੋਲਦੇ ਆ ਦੁਆਬਾ ਤੇ ਜਿਹੜਾ ਸਤਲੁਜ ਦੇ ਪਾਰ ਇਹ ਇਲਾਕਾ ਬਣ ਜਾਂਦਾ ਵਾ ਇਹਨੂੰ ਬੋਲਦੇ ਆ ਮਾਲ ਮਾਲਵਾ ਠੀਕ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਮਾਲਵਾ ਤੇ ਦੁਆਬਾ ਮਾਲਵਾ ਤੇ ਦੁਆਬਾ ਖੇਤਰ ਕਿਸ ਨਦੀ ਦੁਆਰਾ ਵੰਡ ਕੀਤੇ ਗਏ ਇਹ ਤੁਸੀਂ ਆਪ ਦੱਸੋ ਸਤਲੁਜ ਨਦੀ ਦੁਆਰਾ ਮਾਲਵਾ ਤੇ ਦੁਆਬਾ ਦੇ ਵਿੱਚ ਘਾਰ ਕੌਣ ਲੰਗਦਾ ਵਾ ਸਤਲੁਜ ਤੇ ਸਤਲੁਜ ਦੁਆਰਾ ਇਹ ਵਖ ਕੀਤੇ ਗਏ ਆ ਸਤਲੁਜ ਨਦੀ ਦੁਆਰਾ ਵਾ ਕੀਤੇ ਗਏ ਉਤਰੀ ਦੁਆਬਾ ਵਿੱਚ ਅਤੇ ਦੱਖਣੀ ਦੁਆਬਾ ਮਾਲਵਾ ਦੇ ਵਿੱਚ ਜਿਹੜੀ ਸਤਲੁਜ ਨਦੀ ਆ ਉਹ ਵਗਦੀ ਆ অপਸ਼ਨ ਏ ਇਜ਼ ਆ ਰਾਈਟ ਆਂਸਰ ਅਗਲਾ ਪ੍ਰਸ਼ਨ ਆ ਜੀ ਕਿਹੜੀ ਨਦੀ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹਾਂਜੀ ਪੰਜਾਬ ਦਾ ਲਾਲ ਦਰਿਆ ਪੰਜਾਬ ਦੀ ਰੀੜ ਦੀ ਹੱਡੀ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਇਹ ਬੋਲਿਆ ਗਿਆ ਵਾ ਜੀ ਸਤਲੁਜ ਨੂੰ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਪੰਜਾਬ ਦੀ ਰੀੜ ਦੀ ਹੱਡੀ ਕਿਉਂ ਕਿਹਾ ਜਾਂਦਾ ਵਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਰਾਵੀ ਵਿਆਸ ਅਤੇ ਸਤਲੁਜ ਠੀਕ ਹੈ ਤੇ ਇਹ ਜਿਹੜੀ ਜਿੰਨੇ ਵੀ ਹਮਲੇ ਹੁੰਦੇ ਸੀ ਨਾ ਉਹ ਸਿਰਫ ਸਤਲੁਜ ਦੇ ਪਾਰ ਇਸ ਸਾਈਡ ਹੀ ਹੁੰਦੇ ਸੀ ਪਰ ਇਸ ਸਾਈਡ ਤੇ ਨਹੀਂ ਹਮਲੇ ਜਾ ਪਾਉਂਦੇ ਸੀ ਕਿ ਸਤਲੁਜ ਨਦੀ ਦੇ ਕਰਕੇ ਨਹੀਂ ਹੁੰਦੇ ਸੀ ਹੁਣ ਤਾਂ ਰੋਡ ਵਗੈਰਾ ਬਣੇ ਹੋਏ ਆ ਨਾ ਪਹਿਲਾਂ ਰੋਡ ਨਹੀਂ ਬਣੇ ਹੋਏ ਸੀ ਇਸ ਕਰਕੇ ਕਾਫੀ ਹਮਲਿਆਂ ਤੋਂ ਸਾਨੂੰ ਸਤਲੁਜ ਨਦੀ ਨੇ ਬਚਾਇਆ ਵਾ ਇਸ ਕਰਕੇ ਇਹਨੂੰ ਪੰਜਾਬ ਦੀ ਰੀਡ ਦੀ ਹੱਡੀ ਬੋਲਿਆ ਗਿਆ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਸਤਲੁਜ ਹਾਂਜੀ ਇਸ ਸਮੇਂ ਪੰਜਾਬ ਵਿੱਚ ਸਦਾ ਬਹਾਰ ਵਗਣ ਵਾਲੇ ਕਿੰਨੇ ਦਰਿਆ ਹਨ ਸਦਾ ਬਹਾਰ ਸਦਾ ਬਹਾਰ ਦੀ ਗੱਲ ਹੋਈ ਆ ਜੀ ਸਦਾ ਬਹਾਰ ਮਤਲਬ ਜਿਹੜੇ ਸਾਰਾ ਸਾਲ ਹੀ ਵਗਦੇ ਰਹਿੰਦੇ ਆ ਕੋਈ ਮੌਸਮ ਦਾ ਇਹਨਾਂ ਤੇ ਇਫੈਕਟ ਨਹੀਂ ਪੈਂਦਾ ਤਾਂ ਇਹ ਹੈਗੇ ਆ ਤਿੰਨ ਰਾਵੀ ਬਿਆਸ ਅਤੇ ਸਤਲੁਜ ਰਾਵੀ ਬਿਆਸ ਅਤੇ ਸਤਲੁਜ ਤਿੰਨ ਦਰਿਆ ਵਗਦੇ ਆ ਜੇਕਰ ਮੌਨਸੂਨ ਆ ਜਾਣ ਕਿ ਪੰਜਾਬ ਵਿੱਚ ਮੌਨਸੂਨ ਵਗਣ ਵਾਲੇ ਕਿੰਨੇ ਦਰਿਆ ਤਾਂ ਇੱਕ ਹੀ ਆ ਉਹ ਹੈ ਕੱਗਰ ਨੈਕਸਟ ਪੋਜੀਸ਼ਨ ਆ ਜੀ ਕਿਹੜੀ ਜਗ੍ਹਾ ਬਿਆਸ ਅਤੇ ਸਤਲੁਜ ਮਿਲਦੀਆਂ ਹਨ ਅਤੇ ਮਿਲਣ ਤੋਂ ਬਾਅਦ ਸਿਰਫ ਸਤਲੁਜ ਨਾਮ ਰਹਿ ਜਾਂਦਾ ਹਾਂਜੀ ਇਸ ਦਾ ਆਨਸਰ ਤੁਸੀਂ ਆਸਾਨੀ ਨਾਲ ਦੇ ਸਕਦੇ ਹੋ ਜੇਕਰ ਤੁਸੀਂ ਕੱਲ ਵਾਲਾ ਪਾਰਟ 1 ਕਲੀਅਰ ਕੀਤਾ ਵਾ ਜਿਹੜਾ ਬੋਰਡ ਤੇ ਕਰਵਾਇਆ ਗਿਆ ਹਾਂਜੀ ਕਿਹੜੀ ਜਗ੍ਹਾ ਵਿਆਸ ਅਤੇ ਸਤਲੁਜ ਮਿਲਦੀਆਂ ਹਨ ਅਤੇ ਮਿਲਣ ਤੋਂ ਬਾਅਦ ਸਿਰਫ ਸਤਲੁਜ ਨਾਮ ਰਹਿ ਜਾਂਦਾ ਵਾ ਵਿਆਸ ਅਤੇ ਸਤਲੁਜ ਦਾ ਸੰਗਮ ਹੁੰਦਾ ਵਾ ਜੀ ਹਰੀਕੇ ਪੱਤਨ অপਸ਼ਨ ਬੀ ਇਜ਼ ਅ ਰਾਈਟ ਆਨਸਰ ਨੈਕਸਟ ਕੁਐਸ਼ਨ ਸਿੰਧੂ ਨਦੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਹਾਂਜੀ ਸਿੰਧ ਨਦੀ ਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਆ ਰੇਮੂ ਗਲੇਸ਼ੀਅਰ ਦੀ ਮਾਨਸਰੋਵਰ ਝੀਲ ਕੈਲਾਸ਼ ਰੇਂਜ ਤੋਂ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਵੈਰੀ ਇੰਪੋਰਟੈਂਟ ਰੇਮੂ ਗਲੇਸ਼ੀਅਰ ਦੀ ਮਾਨਸਰੋਵਰ ਝੀਲ ਕੈਲਾਸ਼ ਰੇਂਜ ਤੋਂ ਸਿੰਧ ਨਦੀ ਦੀ ਸ਼ੁਰੂਆਤ ਹੁੰਦੀ ਆ ਨੈਕਸਟ ਹੈ ਗੋਮਲ ਪਾਸ ਗੋਮਲ ਪਾਸ ਹਿਮਾਲਿਆ ਵਿੱਚ ਮੁੱਖ ਤੌਰ ਤੇ ਕਿਸ ਲਈ ਵਰਤਿਆ ਜਾਂਦਾ ਹੈ ਹਾਂਜੀ ਜਿਹੜਾ ਗੋਮਲ ਪਾਸ ਹਿਮਾਲਿਆ ਵਾ ਉਹ ਕਿਹਦੇ ਲਈ ਵਰਤਿਆ ਜਾਂਦਾ ਪਹਿਲਾਂ ਤਾਂ ਤੁਸੀਂ ਇਹ ਧਿਆਨ ਰੱਖੋ ਜਿਹੜਾ ਗੋਮਲ ਪਾ ਤੁਸੀਂ ਸੁਣਿਆ ਹੋਣਾ ਅਫਗਾਨਿਸਤਾਨ ਅਤੇ ਭਾਰਤ ਜਿਵੇਂ ਪਾਕਿਸਤਾਨ ਅਤੇ ਭਾਰਤ ਨੂੰ ਜਿਹੜੀ ਲਾਈਨ ਡਿਵਾਈਡ ਕਰਦੀ ਹੈ ਨਾ ਉਹਨੂੰ ਕੀ ਬੋਲਦੇ ਰੈਡ ਕਲੀਫ ਲਾਈਨ ਬੋਲਦੇ ਆ ਉਸੇ ਤਰ੍ਹਾਂ ਅਫਗਾਨਿਸਤਾਨ ਤੇ ਭਾਰਤ ਨੂੰ ਜਿਹੜੀ ਲਾਈਨ ਡਿਵਾਈਡ ਕਰਦੀ ਉਹਨੂੰ ਬੋਲਦੇ ਡਰੰਡ ਲਾਈਨ ਠੀਕ ਹੈ ਤੇ ਡਰੰਡ ਲਾਈਨ ਦੇ ਸਰਹੰਦ ਤੇ ਇੱਕ ਨਾ ਪਹਾੜੀ ਰਾਹ ਜਾਂਦਾ ਵਾ ਇਹ ਪਹਾੜੀ ਰਾਹ ਨੂੰ ਬੋਲਦੇ ਆ ਗੋਮਲ ਪਾਸ ਤੇ ਗੋਮਲ ਨਦੀ ਆ ਇੱਥੇ ਜਿਹਦੇ ਤੋਂ ਇਹਦਾ ਨਾਮ ਗੋਮਲ ਪਾਸ ਰੱਖਿਆ ਗਿਆ ਵੈਸੇ ਇਹਨੂੰ ਖੈਬਰ ਪਾਸ ਅਤੇ ਬੁਲਾਨ ਪਾਸ ਦੇ ਵਿੱਚ ਘਾਰ ਲਈ ਰਸਤਾ ਵਾ ਠੀਕ ਹੈ ਤੇ ਗੋਮਲ ਪਾਸ ਆ ਜਿਹੜਾ ਇਹ ਵਪਾਰ ਦੇ ਲਈ ਵਰਤਿਆ ਜਾਂਦਾ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਸਤਲੁਜ ਕਿੱਥੋਂ ਨਿਕਲਦੀ ਆ ਹਾਂਜੀ ਵੈਰੀ ਇੰਪੋਰਟੈਂਟ ਸਤਲੁਜ ਦਰਿਆ ਵਾ ਜਿਹੜਾ ਇਹ ਕਿੱਥੋਂ ਨਿਕਲਦਾ ਵਾ ਜੇਕਰ ਸਤਲੁਜ ਦੀ ਗੱਲ ਕਰੀਏ ਤਾਂ ਇਹ ਮਾਨਸ ਰੋਵਰ ਝੀਲ ਤੋਂ ਨਿਕਲਦਾ ਵਾ ਠੀਕ ਹੈ ਆਪਾਂ ਮੇਨਲੀ ਪੜਦੇ ਆ ਪਰ ਕਈ ਵਾਰੀ ਇਹ ਆਪਸ਼ਨ ਸਾਨੂੰ ਐਗਜ਼ਾਮ ਦੇ ਵਿੱਚ ਨਹੀਂ ਮਿਲਦੀ ਜਿਹੜੀ ਸਤਲੋਜ ਆ ਉਹ ਨਿਕਲਦੀ ਆ ਰਕਸ਼ਤਾਲ ਝੀਲ ਤਿੱਬਤ ਦੇ ਨੇੜੇ ਆ ਮਾਨਸਰੋਵਰ ਝੀਲ ਦੇ ਨੇੜੇ ਆ ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਠੀਕ ਹੈ ਰਕਸ਼ਸਤਾਲ ਝੀਲ ਦੇ ਵਿੱਚੋਂ ਸਤਲੋਜ ਦੇ ਨਿਕਲਦੀ ਆ ਤੇ ਰੇਮੂ ਗਲੇਸ਼ੀਅਰ ਦੀ ਮਾਨਸਰੋਵਰ ਝੀਲ ਕਹਿਲਾਸ਼ ਰੇਂਜ ਤੋਂ ਸਿੰਧ ਨਿਕਲਦੀ ਆ ਆਪਾਂ ਪਹਿਲਾਂ ਇਸ ਵਾਰੀ ਗੱਲ ਕਰ ਚੁੱਕੇ ਆ ਗੋਮਲ ਪਾਸ ਮੈਂ ਤੁਹਾਨੂੰ ਦੱਸ ਚੁੱਕੀ ਆ ਦੁਰੰਡ ਲਾਈਨ ਤੇ ਪੈਂਦਾ ਵਾ ਠੀਕ ਹੈ ਖੈਬਰ ਪਾਸ ਆ ਜਿਹੜਾ ਖੈਬਰ ਪਾਸ ਵੈਰੀ ਇੰਪੋਰਟੈਂਟ ਇਹਨੂੰ ਮਤਲਬ ਇਹਨੇ ਬਹੁਤ ਜ਼ਿਆਦਾ ਹਮਲੇ ਆ ਜਿੰਨੇ ਹਮਲੇ ਆ ਪੰਜਾਬ ਤੇ ਜਾਂ ਭਾਰਤ ਤੇ ਉਹ ਖੈਬਰ ਪਾਸ ਦੇ ਵਿੱਚੋਂ ਹੁੰਦੇ ਸੀਗੇ ਖੈਬਰ ਪਾਸ ਦੇ ਵਿੱਚੋਂ ਜਿੰਨੇ ਵੀ ਹਮਲੇ ਹੋਏ ਆ ਖੈਬਰ ਪਾਸ ਤੋਂ ਹੁੰਦੇ ਸੀਗੇ ਠੀਕ ਹੈ ਇਹ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਅੱਗੇ ਪੜਾਂਗੇ ਇਹਦੇ ਬਾਰੇ ਨੈਕਸਟ ਹੈ ਪੰਜਾਬ ਵਿੱਚ ਸਤਲੁਜ ਨਦੀ ਕਿੱਥੇ ਦਾਖਲ ਹੁੰਦੀ ਆ ਹਾਂਜੀ ਪੰਜਾਬ ਦੇ ਵਿੱਚ ਸਤਲੁਜ ਨਦੀ ਆ ਜਿਹੜੀ ਇਹ ਦਾਖਲ ਹੁੰਦੀ ਆ ਨੰਗਲ ਤੋਂ ਰੋਪੜ ਜ਼ਿਲ੍ਹੇ ਦੇ ਵਿੱਚੋਂ ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਰਾਵੀ ਕਿਸ ਤੋਂ ਨਿਕਲਦੀ ਹੈ ਹਾਂਜੀ ਰਾਵੀ ਕਿਸ ਤੋਂ ਨਿਕਲਦੀ ਹੈ ਰਾਵੀ ਨਿਕਲਦੀ ਹੈ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਦੇ ਨੇੜੇ ਰੋਹਤਾਂਗ ਪਾਸ ਦੇ ਪੱਛਮ ਤੋਂ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੈਰੀ ਵੈਰੀ ਇੰਪੋਰਟੈਂਟ ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਦੇ ਨੇੜੇ ਰੋਹਤਾਂਗ ਪਾਸ ਦੇ ਪੱਛਮ ਦੇ ਵਿੱਚੋਂ ਰਾਵੀ ਨਿਕਲਦੀ ਆ ਰਕਸਤਾਲ ਝੀਲ ਦੀ ਗੱਲ ਹੋ ਗਈ ਤਾਂ ਸਤਲੁਜ ਨਿਕਲਦੀ ਆ ਰੇਮੂ ਗਲੇਸ਼ੀਅਰ ਦੀ ਮਾਨਸਰੂਵਰ ਝੀਲ ਕੈਲਾਸ਼ ਰੇਂਜ ਦੀ ਗੱਲ ਹੋ ਗਈ ਤਾਂ ਸਿੰਧ ਨਿਕਲਦੀ ਆ ਠੀਕ ਹੈ ਨੈਕਸਟ ਹੈ ਰਾਵੀ ਨਦੀ ਪੰਜਾਬ ਵਿੱਚ ਕਿੱਥੇ ਦਾਖਲ ਹੁੰਦੀ ਆ ਹਾਂਜੀ ਰਾਵੀ ਨਦੀ ਆ ਜਿਹੜੀ ਇਹ ਪੰਜਾਬ ਦੇ ਵਿੱਚ ਚੰਬਾ ਬਾਇਡਰ ਤੇ ਚੌਂਦ ਪਿੰਡ ਵਿੱਚੋਂ ਦਾਖਲ ਹੁੰਦੀ ਆ অপশন নাম্বার এ ইজ দা রাইট आंसर ए पठानकोट জিলে ਦੇ ਵਿੱਚ ਪੈ ਜਾਂਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਚੌਂਦ ਪਿੰਡ ਨੈਕਸਟ ਹੈ ਭਾਖੜਾ ਨੰਗਲ ਪ੍ਰੋਜੈਕਟ ਨੂੰ ਕਿਹੜੀ ਨਦੀ ਪਾਣੀ ਦਿੰਦੀ ਆ ਹਾਂਜੀ ਭਾਖੜਾ ਨੰਗਲ ਪ੍ਰੋਜੈਕਟ ਭਾਖੜਾ ਤੁਸੀਂ ਸੁਣਿਆ ਹੀ ਹੋਣਾ ਇਹ ਤਾਂ ਸੁਣ ਕੇ ਤੁਹਾਨੂੰ ਜਿਆਦਾ ਗਿਆ ਹੋਣਾ ਸਤਲੁਜ ਦਰਿਆ ਤੇ ਬਣਿਆ ਹੋਇਆ ਭਾਖੜਾ ਡੈਮ ਤੇ ਭਾਖੜਾ ਨੰਗਲ ਪ੍ਰੋਜੈਕਟ ਨੂੰ ਫਿਰ ਕਿਹੜੀ ਨਦੀ ਪਾਣੀ ਦਿੰਦੀ ਆ ਸਤਲੁਜ ਸਤਲੁਜ ਤੇ ਭਾਖੜਾ ਡੈਮ ਬਣਿਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਇਕ ਨਾ ਇਗਜ਼ਾਮ ਦੇ ਵਿੱਚ ਬਹੁਤ ਕੁਐਸ਼ਨ ਆ ਜਿਹੜਾ ਫੇਮਸ ਆ ਇਹ ਪੁੱਛਿਆ ਜਾਂਦਾ ਕਿ ਕਿਹਦੀ ਸਹਾਇਕ ਨਦੀ ਆ ਕੋਈ ਵੀ ਨਦੀ ਦਾ ਨਾਮ ਲਿਖ ਕੇ ਪੁੱਛ ਲੈਂਦੇ ਕਿ ਕਿਹੜੀ ਦੀ ਕਿਹੜੀ ਨਦੀ ਦੀ ਸਹਾਇਕ ਨਦੀ ਆ ਜਿਵੇਂ ਹੁਣ ਮੈਂ ਸਤਲੁਜ ਦੀਆਂ ਸਹਾਇਕ ਨਦੀਆਂ ਦੱਸਣ ਲੱਗੀ ਆ ਚਿੱਟੀ ਬੇਈ ਸਤਲੁਜ ਦੀ ਸਹਾਇਕ ਨਦੀ ਆ ਕਾਲੀ ਬੇਈ ਵੀ ਸਤਲੁਜ ਦੀ ਸਹਾਇਕ ਨਦੀ ਆ ਸੋਨ ਨਦੀ ਵੀ ਸਤਲੁਜ ਦੀ ਸਹਾਇਕ ਨਦੀ ਆ ਬੁੱੱਡਾ ਨਾਲਾ ਅਤੇ ਸਿਰਸਾ ਨਦੀ ਇਹ ਵੀ ਸਤਲੁਜ ਦੀਆਂ ਹੀ ਸਹਾਇਕ ਨਦੀਆਂ ਨੇ ਠੀਕ ਹੈ ਤੇ ਸਤਲੁਜ ਦਰਿਆ ਤੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਭਾਗੜਾ ਡੈਮ ਬਣਿਆ ਹੋਇਆ ਵਾ ਇਸ ਤੋਂ ਇਲਾਵਾ ਨਾਗਨਾਲ ਡੈਮ ਬਣਿਆ ਹੋਇਆ ਆਨੰਦਪੁਰ ਹਾਈਡਲ ਪ੍ਰੋਜੈਕਟ ਬਣਿਆ ਹੋਇਆ ਤੇ ਹਰੀਕੇ ਪੱਤਨ ਤੇ ਪੱਤਨ ਦੇ ਵਿੱਚ ਹਰੀਕੇ ਪੱਤਨ ਜਾ ਕੇ ਇਹਨਾਂ ਦਾ ਸੰਗਮ ਹੁੰਦਾ ਸਤਲੁਜ ਤੇ ਵਿਆਸ ਦਾ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਹਰੀਕੇ ਅਤੇ ਕੋਲ ਡੈਮ ਵੀ ਬਣਿਆ ਹੋਇਆ ਵਾ ਇਸ ਤਰ੍ਹਾਂ ਦੇ ਡੈਮ ਬਣੇ ਹੋਏ ਆ ਸਾਨੂੰ ਜ਼ਿਆਦਾਤਰ ਭਾਗੜਾ ਡੈਮ ਜ਼ਿਆਦਾ ਫੇਮਸ ਕਰਕੇ ਭਾਗੜਾ ਡੈਮ ਹੀ ਦੱਸਿਆ ਜਾਂਦਾ ਵਾ ਠੀਕ ਹੈ ਪਰ ਐਗਜ਼ਾਮ ਦੇ ਵਿੱਚ ਇਸ ਤੋਂ ਉਲਟ ਹੋ ਕੇ ਆ ਜਾਂਦੇ ਜਿਵੇਂ ਇਸ ਵਾਰ 2023 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕਿੰਨੇ ਉਲਟ ਹੋ ਕੇ ਐਮਸੀਕਿਊ ਪੁੱਛੇ ਗਏ ਆ ਕਿ ਇਹ ਡੈਮ ਜਿਵੇਂ ਤੁਹਾਨੂੰ ਪੁੱਛ ਲਿਆ ਕਿ ਕੋਲ ਡੈਮ ਕਿਹਦੇ ਤੇ ਬਣਿਆ ਹੋਇਆ ਸਾਨੂੰ ਤਾਂ ਪਤਾ ਹੀ ਨਹੀਂ ਕੋਲ ਡੈਮ ਕਿਹਦੇ ਤੇ ਬਣਿਆ ਹੋਇਆ ਤਾਂ ਇਹ ਕਿਹਦੇ ਤੇ ਬਣਿਆ ਸਤਲੁਜ ਤੇ ਬਣਿਆ ਹੋਇਆ ਵਾ ਸੋ ਤੁਸੀਂ ਅਨ ਇੰਪੋਰਟੈਂਟ ਨੂੰ ਵੀ ਪੜ ਕੇ ਜਾਣਾ ਤੇ ਇੰਪੋਰਟੈਂਟ ਨੂੰ ਵੀ ਪੜ ਕੇ ਜੋ ਵੀ ਮੈਂ ਤੁਹਾਨੂੰ ਦੱਸ ਰਹੀ ਆ ਸਤਲੋਜ ਲਿਖੋ ਸਤਲੋਜ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਤੁਹਾਨੂੰ ਪਤਾ ਲੱਗ ਰਿਹਾ ਉਹ ਲਿਖੋ ਕਿੱਥੋਂ ਨਿਕਲ ਰਿਹਾ ਵਾ ਕਿਹੜਾ ਡੈਮ ਬਣਿਆ ਹੋਇਆ ਵਾ ਕਿਹੜੀਆਂ ਸਹਾਇਕ ਨਦੀਆਂ ਨੇ ਇਹ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਕਿੱਥੋਂ ਦਾਖਲ ਹੁੰਦਾ ਵਾ ਇਹ ਪਾਖੜਾ ਡੈਮ ਜ਼ਿਲ੍ਹਾ ਵਿਲਾਸਪੁਰ ਹਿਮਾਚਲ ਪ੍ਰਦੇਸ਼ ਦੇ ਵਿੱਚ ਨੈਣਾਦੇਵੀ ਰੇਂਜ ਦੀਆਂ ਪਹਾੜੀਆਂ ਨੂੰ ਕੱਟਦਾ ਵਾ ਅਤੇ ਰੋਪੜ ਜ਼ਿਲ੍ਹੇ ਵਿੱਚ ਨੰਗਲ ਨੇੜੇ ਪੰਜਾਬ ਦੇ ਮੈਦਾਨਾਂ ਦੇ ਵਿੱਚ ਦਾਖਲ ਹੁੰਦਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ ਤਹਰੀਕੇ ਪਤਨ ਜਾ ਕੇ ਤਰਨਤਾਰਨ ਦੇ ਵਿੱਚ ਮਿਲ ਜਾਂਦਾ ਵਾ ਠੀਕ ਹੈ ਵਿਆਸ ਦੇ ਵਿੱਚ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਸਤਲੁਜ ਦਰਿਆ ਵਾ ਜਿਹੜਾ ਭਾਖੜਾ ਡੈਮ ਆਪਾਂ ਗੱਲ ਕਰਦੇ ਆਂ ਭਾਖੜਾ ਡੈਮ ਦੇ ਭੰਡਾਰ ਨੂੰ ਗੋਵਿੰਦ ਸਾਗਰ ਝੀਲ ਬੋਲਿਆ ਜਾਂਦਾ ਵਾ ਇਹ ਇੰਪੋਰਟੈਂਟ ਫੈਕਟ ਹੈ ਜਿਹੜੇ ਤੁਸੀਂ ਯਾਦ ਰੱਖਣੇ ਆ ਨੈਕਸਟ ਹੈ ਸਤਲੁਜ ਦਰਿਆ ਦੇ ਕੰਡੇ ਤੇ ਵਸੇ ਕੁਝ ਪੰਜਾਬ ਦੇ ਕਸਵਿਆਂ ਦੇ ਨਾਮ ਦੱਸੋ ਹਾਂਜੀ ਸਤਲੁਜ ਦਰਿਆ ਦੇ ਕੰਡੇ ਤੇ ਕਿਹੜੇ-ਕਿਹੜੇ ਕਸਬੇ ਬਸੇ ਹੋਏ ਆ ਵੈਸੇ ਤਾਂ 9 ਆ ਠੀਕ ਹੈ ਮੈਪ ਤੇ ਵਿੱਚ ਵੀ ਕੱਲ ਮੈਂ ਤੁਹਾਨੂੰ ਦੱਸਿਆ ਸੀ 9 ਕਸਬੇ ਆ 9 ਜ਼ਿਲ੍ਹੇ ਆ ਜਿਹੜੇ ਸਤਲੁਜ ਦਰਿਆ ਤੇ ਬਸੇ ਹੋਏ ਆ ਜ਼ਿਲ੍ਹਿਆਂ ਦੀ ਗਿਣਤੀ 9 ਆ ਤੇ ਕੰਡੇ ਤੇ ਪਰ ਇੱਥੇ ਕੀ ਆ ਉਹਨਾਂ ਦੇ ਛੋਟੇ ਪਿੰਡ ਪੁੱਛਿਆ ਗਿਆ ਵਾ ਜਾਂ ਜ਼ਿਲ੍ਹੇ ਵੀ ਵਿੱਚ ਲਿਖੇ ਹੋਏ ਆ ਸੋ ਆਪਾਂ ਇਹ ਵੀ ਗੱਲ ਕਰ ਲੈਨੇ ਆ ਫਲੋਰ ਰੋਪੜ ਹਰੀਕੇ ਫਿਰੋਜ਼ਪੁਰ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ ਕਿ ਸਾਰੇ ਹੀ ਸਤਲੁਜ ਕੰਡੇ ਤੇ ਵਸੇ ਹੋਏ ਆ ਨੈਕਸਟ ਹੈ ਵਿਆਸ ਨਦੀ ਕਿੱਥੋਂ ਨਿਕਲਦੀ ਆ ਹਾਂਜੀ ਹੁਣ ਗੱਲ ਹੋ ਗਈ ਵਿਆਸ ਦੀ ਵਿਆਸ ਨਦੀ ਨਿਕਲਦੀ ਆ ਕੁਲੂ ਪਹਾੜੀਆਂ ਦੇ ਨੇੜੇ ਰੋਹਤਾਂਗ ਦੇ ਵਿਆਸ ਕੁੰਡ ਦੇ ਵਿੱਚੋਂ ਆਪਸ਼ਨ ਨੰਬਰ অপশন নাম্বার সি ইথে রাইট আনসার হ্যায় ঠিক হ্যায় হুন අපা রাভি دی وی ਗੱਲ ਕੀਤੀ ਸੀਗੀ ইথে হুন এ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਹੜੀ রাভি ਆ ও ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜੀਆਂ ਦੇ ਨੇੜੇ ਰੋਹਤਾਂਗ ਪਾਸ ਦੇ ਪੱਛਮ ਦੇ ਵਿੱਚੋਂ ਨਿਕਲਦੀ ਆ ਤੇ ਵਿਆਸ ਕੁੱਲੂ ਪਹਾੜੀਆਂ ਦੇ ਨੇੜੇ ਰੋਹਤਾਂਗ ਦੇ ਵਿਆਸ ਕੁੰਡ ਵਿੱਚੋਂ ਨਿਕਲਦੀ ਆ ঠিক হ্যায় ਤੇ ਸਤਲੁਜ ਰਾਕਸ਼ਸਤਾਲ ਝੀਲ ਤਿੱਬਤ ਦੇ ਵਿੱਚੋਂ ਨਿਕਲਦੀ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ ਕਿਉਂਕਿ ਹੁਣ ਜਿਹੜੇ ਬੇਸਿਕ ਲੈਵਲਸ ਹੀ ਨਾ ਉਹ ਚਲੇ ਗਿਆ ਐਗਜ਼ਾਮ ਦਾ ਕਿਉਂਕਿ ਹੁਣ ਐਗਜ਼ਾਮ ਦਾ ਜਿਹੜਾ ਕੰਪੀਟੀਸ਼ਨ ਆ ਬਹੁਤ ਜ਼ਿਆਦਾ ਟਫ ਹੁੰਦਾ ਜਾ ਰਿਹਾ ਇਸ ਕਰਕੇ ਬਹੁਤ ਡੂੰਘਾਈ ਦੇ ਵਿੱਚੋਂ ਪੁੱਛੇ ਜਾ ਰਹੇ ਆ ਐਮਸੀਕਿਊ ਨੈਕਸਟ ਹੈ ਵਿਆਸ ਨਦੀ ਪੰਜਾਬ ਵਿੱਚ ਦਾਖਲ ਕਿੱਥੇ ਹੁੰਦੀ ਆ ਹਾਂਜੀ ਕਿੱਥੋਂ ਦਾਖਲ ਹੁੰਦੀ ਆ ਵਿਆਸ ਨਦੀ ਪੰਜਾਬ ਦੇ ਵਿੱਚ ਤਾਂ ਵਿਆਸ ਨਦੀ ਦਾਖਲ ਹੁੰਦੀ ਆ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਇੱਕ ਪਿੰਡ ਦਾ ਛੋਟਾ ਜਿਹਾ ਤਲਵਾੜਾ ਇੱਥੇ ਦਾਖਲ ਹੁੰਦੀ ਆ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਤੇ ਪੰਜਾਬ ਦੇ ਵਿੱਚ ਫਿਰ ਆਉਂਦੀ ਆ ਠੀਕ ਹੈ ਹਿਮਾਚਲ ਪ੍ਰਦੇਸ਼ ਹਿਮਾਚਲ ਸੌਰੀ ਵਿਆਸ ਨਦੀ ਦੀ ਗੱਲ ਕਰ ਰਹੇ ਆ ਤੇ ਵਿਆਸ ਨਦੀ ਦੀਆਂ ਸਹਾਇਕ ਨਦੀਆਂ ਦੀ ਗੱਲ ਕਰੀਏ ਵਿਆਸ ਨਦੀਆਂ ਦੀਆਂ ਸਹਾਇਕ ਨਦੀਆ ਪਾਰਵਤੀ ਸੁਕੇਤਰੀ ਚੱਕੀ ਖੱਡ ਕਸੂਰ ਨਾਲਾ ਓਹਲ ਲੰਬਾ ਡੌਗ ਅਤੇ ਗੱਜ ਚੱਕੀ ਖੱਡ ਇਹਦੀਆਂ ਸਹਾਇਕ ਨਦੀਆਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਵਾ ਠੀਕ ਹੈ ਤੇ ਵਿਆਸ ਨਦੀ ਤੇ ਬਣਿਆ ਹੋਇਆ ਵਾ ਪੋਂਗ ਡੈਮ ਕਿਹੜਾ ਡੈਮ ਪੋਂਗ ਡੈਮ ਤੇ ਪੋਂਗ ਪੋਂਗ ਡੈਮ ਦੇ ਭੰਡਾਰ ਨੂੰ ਮਹਾਰਾਣਾ ਪ੍ਰਤਾਪ ਸਾਗਰ ਝੀਲ ਬੋਲਦੇ ਆ ਸੋ ਇਹ ਤੁਸੀਂ ਬਹੁਤ ਇੰਪੋਰਟੈਂਟ ਫੈਕਟ ਆ ਕਿ ਜਿਵੇਂ ਭਾਗੜਾ ਡੈਮ ਦੇ ਭੰਡਾਰ ਨੂੰ ਗੋਬਿੰਦ ਸਾਗਰ ਝੀਲ ਬੋਲਦੇ ਆ ਮੈਂ ਦੱਸਿਆ ਸੀ ਉਸੇ ਤਰ੍ਹਾਂ ਪੌਂਗ ਡੈਮ ਦੇ ਭੰਡਾਰ ਨੂੰ ਮਹਾਰਾਣਾ ਪ੍ਰਤਾਪ ਸਾਗਰ ਝੀਲ ਬੋਲਦੇ ਆ ਤੇ ਪੌਂਗ ਹਾਈਡਰੋ ਇਲੈਕਟ੍ਰੀਕਲ ਪ੍ਰੋਜੈਕਟ ਕੰਡੀ ਕਨਾਲ ਅਤੇ ਮੁਕੇਰੀਆ ਪਣ ਵਿਜਲੀ ਪ੍ਰੋਜੈਕਟ ਇਹ ਵਿਆਸ ਦੇ ਉੱਪਰ ਬਣੇ ਹੋਏ ਆ ਠੀਕ ਹੈ ਤੇ ਇਸ ਤੋਂ ਇਲਾਵਾ ਮਣੀਕਰਨ ਸਾਹਿਬ ਗੁਰਦੁਆਰਾ ਪਾਰਵਤੀ ਨਦੀ ਦੇ ਕੰਢੇ ਤੇ ਸਥਿਤਾਂ ਤੇ ਪਾਰਵਤੀ ਨਦੀ ਮੰਤਲਾਈ ਗਲੇਸ਼ੀਅਰ ਤੋਂ ਉਤਪੰਨ ਹੁੰਦੀ ਆ ਤੇ ਇਹ ਉਹਦੀ ਸਹਾਇਕ ਨਦੀ ਆ ਵਿਆਸ ਦੀ ਸਹਾਇਕ ਨਦੀ ਆ ਪਾਰਵਤੀ ਜੀ ਦੇ ਬਾਰੇ ਆਪਾਂ ਗੱਲ ਕਰ ਰਹੇ ਆ ਠੀਕ ਹੈ ਤੇ ਪੰਜਾਬ ਵਿੱਚ ਵਿਆਸ ਦਰਿਆ ਦੇ ਕੰਢੇ ਸਥਿਤ ਮਹੱਤਵਪੂਰਨ ਨਗਰ ਆ ਹਰੀਕੇ ਅਤੇ ਗੋਇੰਦਵਾਲ ਸਾਹਿਬ ਠੀਕ ਹੈ ਜੀ ਹਾਂਜੀ ਨੈਕਸਟ ਹੈ ਰਾਵੀ ਨਦੀ ਤੇ ਬਣਾਏ ਗਏ ਹਾਈਡਰੋ ਵਿਜਲੀ ਪ੍ਰੋਜੈਕਟ ਦਾ ਨਾਮ ਦੱਸੋ ਹੁਣ ਗੱਲ ਹੋ ਗਈ ਰਾਵੀ ਦੀ ਰਾਵੀ ਤੇ ਕਿਹੜਾ ਡੈਮ ਬਣਿਆ ਹੋਇਆ ਥੀਨ ਡੈਮ ਆਪਾਂ ਜ਼ਿਆਦਾਤਰ ਪੜ੍ਹਦੇ ਆ ਨਾ ਥੀਨ ਡੈਮ ਰਾਵੀ ਤੇ ਬਣਿਆ ਹੋਇਆ ਤੇ ਥੀਨ ਡੈਮ ਆ ਜਿਹੜਾ ਰਾਵੀ ਨਦੀ ਤੇ ਬਣਾਏ ਗਏ ਹਾਈਡਰੋ ਵਿਜਲੀ ਪ੍ਰੋਜੈਕਟ ਦਾ ਨਾਮ ਬੋਲਿਆ ਉਹਨਾਂ ਨੇ ਤਾਂ ਇਹ ਨਾਮ ਆ ਜੀ ਸ਼ਾਹਪੁਰ ਕੰਡੀ ਪ੍ਰੋਜੈਕਟ ਜਿਹੜਾ ਥੀਨ ਡੈਮ ਤੇ ਬਣਿਆ ਵਾ ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਤੇ ਇਸ ਨਦੀ ਤੇ ਥੀਨ ਹਾਈਡਰੋ ਇਲੈਕਟ੍ਰੀਕਲ ਪ੍ਰੋਜੈਕਟ ਆ ਇਹਨੂੰ ਮਹਾਰਾਜਾ ਰਣਜੀਤ ਸਾਗਰ ਡੈਮ ਵੀ ਬੋਲਦੇ ਆ ਅਤੇ ਸ਼ਾਹਪੁਰ ਕੰਡੀ ਪ੍ਰੋਜੈਕਟ ਵੀ ਬੋਲਦੇ ਆ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੋ ਵੀ ਮੈਂ ਦੱਸ ਰਹੀ ਆ ਉਹਨੂੰ ਲਿਖ ਲਓ ਨੋਟਸ ਬਣਾ ਲਓ ਆਪਣੇ ਫਿਰ ਉਹਨਾਂ ਨੂੰ ਤੁਸੀਂ ਵਾਰ-ਵਾਰ ਰਿਵਾਈਜ਼ ਕਰ ਸਕਦੇ ਹੋ ਠੀਕ ਹੈ ਰਾਵੀ ਦਰਿਆਵਾ ਜਿਹੜਾ ਰੋਹਤਾਂਗ ਪਾਸ हिमाचल प्रदेश ਦੇ ਨੇੜੇ ਕੁੱਲੂ ਦੀਆਂ ਪਹਾੜੀਆਂ ਤੋਂ ਉਤਪੰਨ ਹੁੰਦਾ ਵਾ ਤੇ ਇਹ ਹਿਮਾਚਲ ਪ੍ਰਦੇਸ਼ ਦੀ ਚੰਬਾ ਘਾਟੀ ਦੇ ਵਿੱਚੋਂ ਵਗਦਾ ਚੰਬਾ ਸਰਹੰਦ ਤੇ ਪਿੰਡ ਚੌਂਦ ਵਿੱਚ ਪੰਜਾਬ ਦੇ ਵਿੱਚ ਦਾਖਲ ਹੁੰਦਾ ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਹ ਦੱਖਣ ਪੱਛਮ ਵੱਲ ਵਗਦਾ ਵਾ ਤੇ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਜ਼ਿਲ੍ਹਿਆਂ ਦੇ ਨਾਲ-ਨਾਲ ਭਾਰਤ ਪਾਕਿਸਤਾਨ ਦੇ ਨਾਲ-ਨਾਲ ਚੱਲਦਾ ਵਾ ਠੀਕ ਹੈ ਤੇ ਇਸ ਰਾਏ ਰੰਗਪੁਰ ਪਾਕਿਸਤਾਨ ਵਿਖੇ ਜੇ ਬੱਸੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘ ਕੇ ਫਿਰ ਪਾਕਿਸਤਾਨ ਚ ਚਲਿਆ ਜਾਂਦਾ ਠੀਕ ਹੈ ਤੇ ਇਹਦੀਆਂ ਸਹਾਇਕ ਨਦੀਆਂ ਬਾਰੇ ਜ਼ਰੂਰ ਗੱਲ ਕਰਦੇ ਆ ਰਾਵੀ ਦੀ ਸਹਾਇਕ ਨਦੀਆ ਸਾਕੀ ਕਿਰਨ ਨਾਲ ਓੰਜ ਜਲਾਲੀਆਂ ਨਦੀ ਅਤੇ ਹੁੜਿਆਰਾ ਉੜਿਆਰਾ ਵੀ ਬੋਲ ਦਿੰਦੇ ਆ ਉੜਿਆਰਾ ਨਾਲਾ ਠੀਕ ਹੈ ਅੱਗੇ ਆ ਕੱਗਰ ਕੱਗਰ ਕਿਹੋ ਜਿਹੀ ਨਦੀ ਆ ਹਾਂਜੀ ਖੱਗਰ ਹੈਗੀ ਆ ਮੌਸਮੀ ਨਦੀ ਜਿਹੜੀ ਮੌਸਮ ਦੇ ਹਿਸਾਬ ਨਾਲ ਵਹਿੰਦੀ ਆ ਸਦਾ ਬਹਾਰ ਨਹੀਂ ਚੱਲਦੀ ਸਦਾ ਬਹਾਰ ਉਹ ਹੁੰਦੀ ਆ ਜਿਹੜੀ ਸਾਰਾ ਸਾਲ ਵਗਦੀ ਆ ਪਰ ਖੱਗਰ ਨਹੀਂਗੀ ਖੱਗਰ ਮੌਨਸੂਨ ਹੈ ਆਪਸ਼ਨ ਏ ਇੱਥੇ ਰਾਈਟ ਆਨਸਰ ਆ ਮੌਨਸੂਨ ਜਾਂ ਮੌਸਮੀ ਨਦੀ ਆ ਠੀਕ ਹੈ ਤੇ ਨੈਕਸਟ ਕੁਐਸ਼ਨ ਆ ਜੀ ਖੱਗਰ ਦੀ ਸ਼ੁਰੂਆਤ ਡੈਸ਼ ਤੋਂ ਹੁੰਦੀ ਹੈ ਹਾਂਜੀ ਖੱਗਰ ਦੀ ਸ਼ੁਰੂਆਤ ਕਿਦੇ ਤੋਂ ਹੁੰਦੀ ਆ ਜਲਦੀ ਨਾਲ ਦੱਸੋ ਕੱਗਰ ਦੀ ਸ਼ੁਰੂਆਤ ਹੁੰਦੀ ਆ ਹਿਮਾਚਲ ਪ੍ਰਦੇਸ਼ ਦੇ ਉੱਤਰ ਪੱਛਮ ਵਿੱਚ ਸਥਿਤ ਸ਼ਿਵਾਲਕ ਦੀਆਂ ਪਹਾੜੀਆਂ ਤੋਂ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ ਨੈਕਸਟ ਹੈ ਜੀ ਪੰਜਾਬ ਵਿੱਚ ਕੱਗਰ ਕਿੰਨੇ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ ਹਾਂਜੀ ਪੰਜਾਬ ਦੇ ਵਿੱਚ ਜਿਹੜੀ ਕੱਗਰ ਆ ਉਹ ਕਿੰਨੇ ਜ਼ਿਲ੍ਹਿਆਂ ਵਿੱਚੋਂ ਲੰਘਦੀ ਆ ਸਿਰਫ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘਦੀ ਆ ਕਿਹੜੇ ਜ਼ਿਲ੍ਹੇ ਆ ਪਟਿਆਲਾ ਸੰਗਰੂਰ ਅਤੇ ਮਾਨਸਾ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਂਸਰ ਉਪਰੋਕਤ ਸਾਰੇ ਹੀ ਨੈਕਸਟ ਹੈ ਇੱਥੇ ਵੈਸੇ ਕੁਐਸ਼ਨ ਦਾ ਮੀਨਿੰਗ ਕੋਸ਼ੋਰ ਬਣ ਰਿਹਾ ਅਨਸਰ 3 ਆਉਣਾ ਸੀਗਾ ਠੀਕ ਹੈ ਜੀ ਨੈਕਸਟ ਹੈ ਪੰਜਾਬ ਤੋਂ ਬਾਅਦ ਰਾਜਸਥਾਨ ਵਿੱਚ ਦਾਖਲ ਹੋਣ ਤੋਂ ਬਾਅਦ ਕੱਗਰ ਨਾਮ ਡੈਸ਼ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਅਦ ਰਾਜਸਥਾਨ ਦੇ ਵਿੱਚ ਚਲਿਆ ਜਾਂਦਾ ਕੱਗਰ ਆਪਾਂ ਤਾਂ ਕੱਗਰ ਬੋਲ ਦਿੰਨੇ ਆ ਠੀਕ ਹੈ ਤਾਂ ਉਹ ਰਾਜਸਥਾਨ ਦੇ ਵਿੱਚ ਕੱਗਰ ਨੂੰ ਕਿਹੜੇ ਨਾਮ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੱਕਰਾਂ ਨਾਲ ਆਪਸ਼ਨ ਏ ਇਥੇ ਰਾਈਟ ਆਨਸਰ ਹੈ ਠੀਕ ਹੈ ਜੀ ਪੰਜਾਬ ਤੋਂ ਵਗਦਾ ਹੋਇਆ ਇਹ ਰਾਜਸਥਾਨ ਦੇ ਵਿੱਚ ਚਲਿਆ ਜਾਂਦਾ ਤੇ ਇੱਥੇ ਇਹਨੂੰ ਬੋਲਦੇ ਆ ਹਾਕਰਾ ਨੈਕਸਟ ਹੈ ਕਿਸ ਨਦੀ ਤੋਂ ਸਰਹੰਦ ਨਹਿਰ ਦਾ ਜਨਮ ਹੁੰਦਾ ਹਾਂਜੀ ਸਰਹੰਦ ਨਹਿਰ ਕਿਹਦੇ ਤੋਂ ਨਿਕਲਦੀ ਹੈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸਹਾਇਕ ਨਦੀਆਂ ਨੇ ਠੀਕ ਹੈ ਸਰਹੰਦ ਨਹਿਰ ਨਿਕਲਦੀ ਆ ਸਤਲੁਜ ਤੋਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਂਸੀ ਬੁਟਾਣਾ ਨਹਿਰ ਕਿਹੜੇ ਰਾਜਾਂ ਵਿਚਕਾਰ ਵਿਵਾਦ ਦਾ ਮੁੱਦਾ ਹੈ ਹਾਂਜੀ ਹਾਂਸੀ ਬੁਟਾਣਾ ਨਹਿਰ ਇਹ ਵਿਵਾਦ ਦਾ ਮੁੱਦਾ ਵਾ ਕਿਹੜੇ ਰਾਜਾਂ ਦੇ ਵਿਚਕਾਰ ਆ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਵਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹਾਂਜੀ ਵਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਕੀ ਬੋਲਦੇ ਆ ਇਕਦਾ ਮੈਂ ਤੁਹਾਨੂੰ ਦੱਸਿਆ ਸੀਗਾ ਵਿਆਸ ਅਤੇ ਸਤਲੋਜ ਦੇ ਵਿਚਕਾਰਲੇ ਇਲਾਕੇ ਨੂੰ ਬੋਲਿਆ ਜਾਂਦਾ ਵਾ ਦੁਆਬਾ ਠੀਕ ਹੈ ਪਰ ਇੱਥੇ ਨਾਮ ਲਿਖੇ ਹੋਇਆ ਦੂਸਰੇ ਮਤਲਬ ਜੋ ਪਹਿਲਾਂ ਵਾਲੇ ਨਾਮ ਸੀਗੇ ਇਹ ਨਾਮ ਤਾਂ ਬਦਲ ਕੇ ਆਪਾਂ ਲੈਂਗੁਏਜ ਤੇ ਵੀ ਡਿਪੈਂਡ ਆ ਦਰਿਆਵਾਂ ਤੇ ਵੀ ਡਿਪੈਂਡ ਆ ਪਰ ਵਿਆਸ ਅਤੇ ਸਤਲੋਜ ਦੇ ਵਿਚਕਾਰਲੇ ਇਲਾਕੇ ਹੁਣ ਦੇਖੋ ਕੀ ਬਣਦਾ ਵਿਆਸ ਪਲੱਸ ਸਤਲੋਜ ਇਹਨਾਂ ਦੇ ਜਿਹੜਾ ਵਿਚਕਾਰਲਾ ਇਲਾਕਾ ਵਾ ਉਹਨੂੰ ਬੋਲਦੇ ਆ ਵਿਸਤ ਠੀਕ ਹੈ ਕੀ ਬੋਲਦੇ ਆ ਵਿਸਤ ਵਿਸਤ ਬੋਲਦੇ ਆ ਵਿਸਤ ਦੁਆਬਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਜੇਕਰ ਆਪਸ਼ਨਸ ਆਉਂਦੀਆਂ ਮਾਝਾ ਦੁਆਬਾ ਮਾਲਵਾ ਦੀਆਂ ਤਾਂ ਉਹਨੂੰ ਬੋਲਦੇ ਆ ਆਪਾਂ ਦੁਆਬਾ ਵਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਨੈਕਸਟ ਹੈ ਸਿੰਧ ਸਾਗਰ ਦੁਆਬਾ ਕਿਹੜੀਆਂ ਦੋ ਨਦੀਆਂ ਦੇ ਵਿਚਕਾਰ ਇੱਕ ਖੇਤਰ ਆ ਹਾਂਜੀ ਸਿੰਧ ਸਾਗਰ ਦੁਆਬਾ ਜਿਹੜਾ ਇਹ ਦੋ ਨਦੀਆਂ ਦੇ ਵਿਚਕਾਰਲਾ ਇੱਕ ਖੇਤਰ ਆ ਤੇ ਕਿਹੜੀਆਂ ਨਦੀਆਂ ਦੇ ਵਿਚਕਾਰਲਾ ਖੇਤਰ ਆ ਜਲਦੀ ਨਾਲ ਦੱਸੋ ਇਹ ਹੈਗਾ ਜੀ ਸਿੰਧ ਅਤੇ ਜੈਲਮ ਦੇ ਵਿਚਕਾਰਲਾ ਖੇਤਰ ਸਿੰਧ ਅਤੇ ਜੈਲਮ ਦੇ ਵਿਚਕਾਰਲੇ ਖੇਤਰ ਨੂੰ ਕੀ ਬੋਲਿਆ ਜਾਂਦਾ ਸਿੰਧ ਸਾਗਰ ਦੁਆਬ ਨੈਕਸਟ ਹੈ ਦੁਆਬਾ ਕਿਹੜੀਆਂ ਦੋ ਨਦੀਆਂ ਦੇ ਵਿਚਕਾਰਲਾ ਇੱਕ ਖੇਤਰ ਹਾਂਜੀ ਦੁਆਬਾ ਦੁਆਬਾ ਕਿਹੜੀਆਂ ਦੋ ਨਦੀਆਂ ਦੇ ਵਿਚਕਾਰਲਾ ਖੇਤਰ ਵਿਆਸ ਅਤੇ ਵਿਆਸ ਅਤੇ ਸਤਲੁਜ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਦੁਆਬਾ ਖੇਤਰ ਵਿੱਚ ਮੁੱਖ ਜ਼ਿਲ੍ਹੇ ਕਿਹੜੇ ਹਨ ਹਾਂਜੀ ਦੁਆਬਾ ਖੇਤਰ ਦੇ ਵਿੱਚ ਚਾਰ ਜ਼ਿਲ੍ਹੇ ਹੀ ਪੈਂਦੇ ਆ ਕੱਲ ਵਾਲੀ ਕਲਾਸ ਜ਼ਰੂਰ ਅਟੈਂਪਟ ਕਰੋ ਜਿਦੇ ਵਿੱਚ ਮੈਪ ਆਫ ਪੰਜਾਬ ਦੀ ਗੱਲ ਹੋਈ ਆ ਜਾਂ ਜੀਓਗ੍ਰਾਫੀ ਆਫ ਪੰਜਾਬ ਦੀ ਗੱਲ ਹੋਈ ਆ ਠੀਕ ਹੈ ਪਾਰਟ 1 ਨਾ ਹੋ ਜੋ ਤੁਹਾਡਾ ਉਹਨੂੰ ਜ਼ਰੂਰ ਅਟੈਂਪਟ ਕਰੋ ਕਿਉਂਕਿ ਉਹਦੇ ਵਿੱਚ ਤੁਹਾਨੂੰ ਮੈਪ ਦੇ ਵਿੱਚੋਂ ਦੇਖ ਕੇ ਨਾ ਪ੍ਰੈਕਟੀਕਲੀ ਜ਼ਿਆਦਾ ਪਤਾ ਲੱਗੂਗਾ ਦੁਆਬਾ ਖੇਤਰ ਵਿੱਚ ਮੁੱਖ ਚਾਰ ਜ਼ਿਲ੍ਹੇ ਆਉਂਦੇ ਆ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਅਤੇ ਕਪੂਰਥਲਾ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਕਿ ਏ ਅਤੇ ਬੀ ਦੋਵੇਂ ਹੀ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਅਤੇ ਕਪੂਰਥਲਾ ਇਹ ਦੁਆਬਾ ਖੇਤਰ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਆ ਚਾਰ ਹੀ ਮਾਝੇ ਦੇ ਵਿੱਚ ਆਉਂਦੇ ਆ ਚਾਰ ਹੀ ਦੁਆਬੇ ਦੇ ਵਿੱਚ ਆਉਂਦੇ ਆ ਬਾਕੀ ਦੇ 15 ਜ਼ਿਲ੍ਹੇ ਮਾਲਵੇ ਦੇ ਵਿੱਚ ਆਉਂਦੇ ਆ ਨੈਕਸਟ ਕੁਐਸਚਨ ਮਾਲਵਾ ਸਤਰੂਸ ਦੇ ਦੱਖਣ ਵੱਲ ਦਾ ਖੇਤਰ ਆ ਅਤੇ ਇਸ ਖੇਤਰ ਦੇ ਮਹੱਤਵਪੂਰਨ ਜ਼ਿਲ੍ਹੇ ਕਿਹੜੇ ਆ ਮਹੱਤਵਪੂਰਨ ਜ਼ਿਲ੍ਹੇ ਹੁਣ ਦੇਖੋ ਰਾਵੀ ਅਤੇ ਬਿਆਸ ਰਾਵੀ ਅਤੇ ਬਿਆਸ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਆ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਠੀਕ ਹੈ ਇਹ ਚਾਰ ਜ਼ਿਲ੍ਹੇ ਆਉਂਦੇ ਆ ਕਿਹਦੇ ਵਿੱਚ ਘਾਰ ਆਉਂਦੇ ਆ ਰਾਵੀ ਅਤੇ ਵਿਆਸ ਦੇ ਵਿਚਕਾਰ ਤੇ ਇਹ ਕਿਹੜਾ ਇਲਾਕਾ ਵਾ ਇਹ ਹੈਗਾ ਮਾਝਾ ਰਾਵੀ ਅਤੇ ਵਿਆਸ ਦੇ ਵਿਚਕਾਰਲਾ ਫਿਰ ਵਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਕਿਹੜਾ ਵਾ ਦੁਆਬਾ ਇਹਦੇ ਵਿੱਚ ਵੀ ਚਾਰ ਜ਼ਿਲ੍ਹੇ ਆਉਂਦੇ ਆ ਕਿਹੜੇ ਚਾਰ ਜ਼ਿਲ੍ਹੇ ਆਉਂਦੇ ਆ ਆਪਾਂ ਗੱਲ ਕਰ ਚੁੱਕੀਆਂ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਅਤੇ ਕਪੂਰਥਲਾ ਬਾਕੀ ਦੇ 15 ਜ਼ਿਲ੍ਹੇ ਮਾਲਵੇ ਦੇ ਵਿੱਚ ਆਉਂਦੇ ਆ ਉਹਨਾਂ 15 ਦੇ ਵਿੱਚੋਂ ਕੋਈ ਵੀ ਨਾਮ ਆ ਸਕਦਾ ਵਾ ਤੁਹਾਨੂੰ ਆਪਸ਼ਨ ਦੇ ਵਿੱਚ ਡਿਪੈਂਡ ਕਰਦਾ ਆਪਸ਼ਨਸ ਤੇ ਤਾਂ ਇੱਥੇ ਆਪਸ਼ਨ ਡੀ ਰਾਈਟ ਆਨਸਰ ਹੈ ਉਪਰੋਕਤ ਸਾਰੇ ਹੀ ਕਿਉਂਕਿ ਇੰਨਾ 4 8ਾਂ ਨੂੰ ਛੱਡ ਕੇ ਬਾਕੀ ਸਾਰੇ ਤੁਹਾਡੇ ਸਾਹਮਣੇ ਆ ਕਿ ਇੰਨਾ 8ਾਂ ਦੇ ਵਿੱਚੋਂ ਇੱਥੇ ਕੋਈ ਨਾ ਨੀਗਾ ਆਪਸ਼ਨ ਦੇ ਵਿੱਚ ਸੋ ਆਪਸ਼ਨ ਡੀ ਇੱਥੇ ਰਾਈਟ ਆਨਸਰ ਬਣੂਗਾ ਕਿ ਲੁਧਿਆਣਾ ਪਟਿਆਲਾ ਸੰਗਰੂਰ ਬਟਿੰਡਾ ਮੁਹਾਲੀ ਮੁਖਤਸਰ ਇਹ ਸਾਰੇ ਹੀ ਮਾਲਵੇ ਦੇ ਵਿੱਚ ਆਉਂਦੇ ਆ ਨੈਕਸਟ ਹੈ ਮਾਝਾ ਖੇਤਰ ਦੇ ਮਹੱਤਵਪੂਰਨ ਜ਼ਿਲ੍ਹੇ ਕਿਹੜੇ ਹਨ ਹਾਂਜੀ ਮਾਝੇ ਖੇਤਰ ਦੇ ਮਹੱਤਵਪੂਰਨ ਜ਼ਿਲ੍ਹੇ ਆ ਮਾਝਾ ਮੈਂ ਆਲਰੇਡੀ ਦੱਸ ਚੁੱਕੀ ਹਾਂ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਅਤੇ ਤਰਨਤਾਰਨ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਪਰ ਉਹ ਕਤ ਸਾਰੇ ਹੀ ਨੈਕਸਟ ਹੈ ਮਾਝੇ ਦੇ ਮੈਦਾਨ ਕਿਹੜੀਆਂ ਦੋ ਨਦੀਆਂ ਵਿੱਚ ਘਾਰ ਸਥਿਤ ਹਨ ਹਾਂਜੀ ਮਾਝਾ ਮਾਝਾ ਖੇਤਰ ਕਿਹੜੀ ਨਦੀ ਦੇ ਵਿਚਕਾਰ ਪੈਂਦਾ ਰਾਵੀ ਅਤੇ ਬਿਆਸ ਦੇ ਵਿਚਕਾਰ ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ ਨੈਕਸਟ ਹੈ ਜੀ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਅਤੇ ਤਰਨਤਾਰਨ ਜ਼िले ਕਿਸ ਖੇਤਰ ਦੇ ਅਧੀਨ ਆਉਂਦੇ ਆ ਹਾਂਜੀ ਅਮਰੀਕਸਰ ਪਠਾਨਕੋਟ ਗੁਰਦਾਸਪੁਰ ਅਤੇ ਤਰਨਤਾਰਨ ਮਾਝੇ ਦੇ ਅਧੀਨ ਆਉਂਦੇ ਆ অপਸ਼ਨ A ਇਜ਼ ਅ ਰਾਈਟ ਆਨਸਰ ਐਜ਼ ਅ ਟੈਸਟ ਮੰਨ ਕੇ ਹੁਣ ਤੁਸੀਂ ਆਪ ਸੋਚੋ ਹੁਣ ਤੱਕ ਤੁਹਾਨੂੰ ਸਾਰਾ ਕਲੀਅਰ ਹੋ ਚੁੱਕਿਆ ਹੋਣਾ ਵਾ ਨੈਕਸਟ ਐਜ਼ੀ ਰਚਨਾ ਦੁਆਬ ਹਾਂਜੀ ਰਚਨਾ ਦੁਆਬ ਕਿਹੜੀਆਂ ਨਦੀਆਂ ਦੇ ਵਿੱਚ ਘਾਰ ਲਾਈ ਇਲਾਕਾ ਵਾ ਦੇਖੋ ਮੈਂ ਤੁਹਾਨੂੰ ਦੱਸ ਦਿੱਤਾ ਮਾਝਾ ਦੁਆਬਾ ਠੀਕ ਹੈ ਤੇ ਮਾਲਵਾ ਇਨ੍ਹਾਂ ਦੇ ਦੂਸਰੇ ਨਾਮ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਹੋਰਾਂ ਨਾਮ ਵੀ ਆ ਜਿਵੇਂ ਵਿਅਸ ਦੋਆਬਾ ਕੀ ਆ ਵਿਅਸਤ ਮਤਲਬ ਸਤਲੋਜ ਅਤੇ ਸਤਲੋਜ ਅਤੇ ਵਿਆਸ ਦੇ ਵਿਚਕਾਰਲਾ ਇਲਾਕਾ ਠੀਕ ਹੈ ਹੁਣ ਇਦਾਂ ਹੀ ਰਚਨਾ ਰਚਨਾ ਦੀ ਗੱਲ ਹੋਈ ਆ ਇੱਥੇ ਰਚਨਾ ਰਚਨਾ ਤੁਸੀਂ ਆਪ ਸਮਝੋ ਰਾਵੀ ਰਾਰੇ ਤੇ ਰਾਵੀ ਚਨਾ ਮਤਲਬ ਚਨਾਵ ਰਾਵੀ ਅਤੇ ਚਨਾਵ ਦੇ ਵਿਚਕਾਰਲਾ ਇਲਾਕਾ ਵਾ ਜਿਵੇਂ ਆ ਵਿਅਸਤ ਵੀ ਤੁਸੀਂ ਸਮਝ ਗਏ ਨਾ ਇਸ ਤਰ੍ਹਾਂ ਤੁਸੀਂ ਇਹਨਾਂ ਸਾਰਿਆਂ ਦੇ ਨਾਮ ਆ ਜਿਹੜੇ ਉਹ ਯਾਦ ਰੱਖਣੇ ਆ ਨੈਕਸਟ ਹੈ ਥੀਨ ਡੈਮ ਹਾਂਜੀ ਥੀਨ ਡੈਮ ਕਿਹੜੀ ਨਦੀ ਤੇ ਬਣਿਆ ਹੋਇਆ ਥੀਨ ਡੈਮ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਥੀਨ ਡੈਮ ਆ ਜਿਹੜਾ ਇਹ ਰਾਵੀ ਨਦੀ ਤੇ ਬਣਿਆ ਹੋਇਆ ਆ অপਸ਼ਨ A ਇਸ ਦਾ ਰਾਈਟ ਆਨਸਰ ਇੱਥੇ ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ ਸਤਲੁਜ ਤੇ ਬਣਿਆ ਹੋਇਆ ਭਾਖੜਾ ਡੈਮ ਜਿਹੜਾ ਕਿ ਜ਼ਿਆਦਾ ਫੇਮਸ ਆ ਠੀਕ ਹੈ ਭਾਖੜਾ ਡੈਮ ਤੇ ਵਿਆਸ ਤੇ ਬਣਿਆ ਹੋਇਆ ਜੀ ਪੌਂਗ ਠੀਕ ਹੈ ਹੁਣ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਇੱਕ ਜੋੜੀ ਕਿ ਬਹੁਤ ਇੰਪੋਰਟੈਂਟ ਆ ਥੀਨ ਡੈਮ ਥੀਨ ਡੈਮ ਕਿਸ ਨਦੀ ਤੇ ਬਣਿਆ ਹੋਇਆ ਰਾਵੀ ਤੇ ਇਥੇ ਥੀਨ ਡੈਮ ਦਾ ਦੂਜਾ ਨਾਮ ਕੀ ਆ ਜਾਂ ਥੀਨ ਡੈਮ ਦੇ ਭੰਡਾਰ ਨੂੰ ਕੀ ਬੋਲਦੇ ਆ ਰੰਜੀਤ ਸਾਗਰ ਡੈਮ ਕੀ ਬੋਲਦੇ ਆ ਰੰਜੀਤ ਸਾਗਰ ਡੈਮ ਤੇ ਪੌਂਗ ਡੈਮ ਦੇ ਭੰਡਾਰ ਨੂੰ ਕੀ ਬੋਲਦੇ ਆ ਮਹਾਰਾਣਾ ਪ੍ਰਤਾਪ ਸਾਗਰ ਝੀਲ ਠੀਕ ਹੈ ਤੇ ਸਤਲੁਜ ਦਰਿਆ ਤੇ ਬਣਿਆ ਪਾਖੜਾ ਡੈਮ ਆ ਪਾਖੜਾ ਡੈਮ ਦੇ ਭੰਡਾਰ ਨੂੰ ਬੋਲਦੇ ਆ ਗੋਬਿੰਦ ਸਾਗਰ ਝੀਲ ਇਹ ਤਿੰਨੇ ਜੋ ਫੈਕਟ ਦੱਸਿਆ ਮੈਂ ਤੁਹਾਨੂੰ ਇਹ ਬਹੁਤ ਇੰਪੋਰਟੈਂਟ ਆ ਚਾਹੀ ਇਹਨਾਂ ਨੂੰ ਨੋਟ ਕਰ ਲਓ ਠੀਕ ਹੈ ਜੀ ਤੇ ਰਾਵੀ ਦਰਿਆ ਦੇ ਜਿਹੜੇ ਕੰਡੇ ਵਸੇ ਹੋਏ ਸ਼ਹਿਰ ਆਉਂਾ ਲਾਹੌਰ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਰਾਵੀ ਰਾਵੀ ਨਦੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘਦੀ ਆ ਠੀਕ ਹੈ ਕਿਹੜੇ-ਕਿਹੜੇ ਜ਼ਿਲ੍ਹੇ ਆ ਪਠਾਨਕੋਟ ਗੁਰਦਾਸਪੁਰ ਤੇ ਅੰਮ੍ਰਿਤਸਰ ਨੈਕਸਟ ਹੈ ਪਾਖੜਾ ਨੰਗਲ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਸੀ ਹਾਂਜੀ ਜਿਹੜਾ ਪਾਖੜਾ ਨੰਗਲ ਪ੍ਰੋਜੈਕਟ ਆ ਇਹ ਸ਼ੁਰੂ ਹੋਇਆ ਸੀ 1948 ਦੇ ਵਿੱਚ অপਸ਼ਨ B ਇਸ ਆ ਰਾਈਟ ਆਨਸਰ ਨੈਕਸਟ ਹੈ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਕਿਹੜਾ ਵਾ ਹਾਂਜੀ ਉੱਚੇ ਦੀ ਗੱਲ ਹੋਈ ਆ ਬਹੁਤ ਇੰਪੋਰਟੈਂਟ ਫੈਕਟ ਹੈ ਕਿ ਉੱਚਾ ਗੱਲ ਉੱਚੇ ਦੀ ਗੱਲ ਹੋਈ ਆ ਅਸੀਂ ਵੱਡਿਆਂ ਦੀ ਵੀ ਗੱਲ ਕਰਾਂਗੇ ਡੂੰਘਿਆਂ ਦੀ ਵੀ ਗੱਲ ਕਰਾਂਗੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਦੁਨੀਆ ਦਾ ਸਭ ਤੋਂ ਉੱਚਾ ਗ੍ਰੈਵਿਟੀ ਡੈਮ ਆ ਭਾਖੜਾ ਨੰਗਲ ਡੈਮ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਡੋਰ ਡੈਮ ਅਤੇ ਪੌਂਗ ਰਿਜ਼ਰਵ ਕਿਹੜੀ ਨਦੀ ਤੇ ਬਣੇ ਹੋਏ ਆ ਪੰਡੋ ਡੈਮ ਅਤੇ ਪੌਂਗ ਰਿਜ਼ਰਵ ਜਿਹੜੇ ਇਹ ਵਿਆਸ ਨਦੀ ਤੇ ਬਣੇ ਹੋਇਆ ਚਾਹੇ ਪੰਡੋਨ ਡੈਮ ਆ ਜੇ ਚਾਹੇ ਪੌਂਗ ਰਿਜ਼ਰਵ ਆ ਜੇ ਇਹ ਕਿਹਦੇ ਤੇ ਬਣੇ ਹੋਇਆ ਵਿਆਸ ਨਦੀ ਤੇ ਬਣੇ ਹੋਇਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਭਾਖੜਾ ਨੰਗਲ ਡੈਮ ਕਿਸ ਨਦੀ ਤੇ ਬਣਾਇਆ ਗਿਆ ਹਾਂਜੀ ਇਹ ਤੁਸੀਂ ਹੁਣ ਆਲਰੇਡੀ ਦੱਸ ਚੁੱਕੇ ਆ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੁਸੀਂ ਇਸ ਦਾ ਆਨਸਰ অপশন ডি শতলোজ জলদি ਨਾਲ ਆਪਣੇ ਆਨਸਰ ਆਪਣੇ ਮਾਈਂਡ ਦੇ ਵਿੱਚ ਸੋਚਣੇ ਸ਼ੁਰੂ ਕਰ ਦਿਓ ਪਾਖੜਾ ਨੰਗਲ ਡੈਮ ਕਿਸ ਨਦੀ ਤੇ ਬਣਿਆ ਹੋਇਆ শতਲੋਸ ਤੇ ਨਾਲ ਦੀ ਨਾਲ ਤੁਹਾਡੀ ਪ੍ਰੈਕਟਿਸ ਹੋ ਰਹੀ ਹੈ ਨੈਕਸਟ ਹੈ ਪਾਖੜਾ ਨੰਗਲ ਡੈਮ ਤੇ ਬਣੇ ਰਿਜ਼ਰਵ ਦਾ ਨਾਮ ਦੱਸੋ ਹਾਂਜੀ ਪਾਖੜਾ ਨੰਗਲ ਡੈਮ ਤੇ ਬਣੇ ਰਿਜ਼ਰਵ ਦਾ ਨਾਮ ਕੀ ਆ ਗੋਵਿੰਦ ਸਾਗਰ ਠੀਕ ਹੈ ਜੀ ਗੋਵਿੰਦ ਸਾਗਰ ਪਾਖੜਾ ਨੰਗਲ ਡੈਮ ਤੇ ਬਣੇ ਰਿਜ਼ਰਵ ਦਾ ਨਾਮ ਆ অপਸ਼ਨ ਬੀ ਇਸ ਆ ਰਾਈਟ ਆਨਸਰ ਨੈਕਸਟ ਹੈ ਪਾਖੜਾ ਨੰਗਲ ਪਾਣੀ ਰਿਜ਼ਰਵ ਕਰਨ ਵਾਲਾ ਡੈਮ ਸਭ ਤੋਂ ਵੱਡਾ ਰਿਜ਼ਰਵ ਹੈ। ਹਾਂਜੀ। ਪਾਖੜਾ ਨੰਗਲ ਪਾਣੀ ਰਿਜ਼ਰਵ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਰਿਜ਼ਰਵ ਆ। ਤੇ ਪਹਿਲਾ ਕਿਹੜਾ ਵਾ? ਉਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਠੀਕ ਹੈ? ਪਹਿਲਾ ਹੈਗਾ ਵਾ ਉਹ ਆਪਣੀ ਪੰਜਾਬ ਦੇ ਵਿੱਚ ਨਹੀਂਗਾ ਜਾਂ ਆਪਣੀ ਪੰਜਾਬ ਦੀ ਨਦੀ ਤੇ ਨਹੀਂਗਾ। ਆਪਸ਼ਨ B ਇਸ ਦਾ ਰਾਈਟ ਆਨਸਰ। ਪਾਖੜਾ ਨੰਗਲ ਪਾਣੀ ਰਿਜ਼ਰਵ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਰਿਜ਼ਰਵ ਆ ਆਪਣੇ ਪੂਰੇ ਇੰਡੀਆ ਦੀ ਗੱਲ ਕਰੀਏ ਤਾਂ ਦੂਜਾ ਵਾ ਠੀਕ ਹੈ ਪੂਰੇ ਇੰਡੀਆ ਦੀ ਨੈਕਸਟ ਭਾਰਤ ਦਾ ਸਭ ਤੋਂ ਵੱਡਾ ਪਾਣੀ ਰਿਜ਼ਰਵ ਕਰਨ ਵਾਲਾ ਸਰੋਵਰ ਕਿਹੜਾ ਹੁਣ ਪਹਿਲੇ ਦੀ ਗੱਲ ਹੋ ਰਹੀ ਹੈ ਇੱਥੇ ਦੂਜਾ ਤਾਂ ਪਾਖੜਾ ਨੰਗਲਣਾ ਤਾਂ ਪਹਿਲਾ ਕਿਹੜਾ ਵਾ ਇੰਦਰਾ ਸਾਗਰ ਡੈਮ ਜਿਹੜਾ ਕਿ ਨਰਮਦਾ ਨਦੀ ਉੱਤੇ ਬਣਿਆ ਹੋਇਆ ਤੇ ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ ਵਾ ਮੱਧ ਪ੍ਰਦੇਸ਼ ਰਾਜਾ ਆਪਣਾ ਜਿਵੇਂ ਪੰਜਾਬ ਰਾਜਾ ਉਦਾਂ ਹੀ ਮੱਧ ਪ੍ਰਦੇਸ਼ ਰਾਜਾ ਤੇ ਮੱਧ ਪ੍ਰਦੇਸ਼ ਦੇ ਉੱਪਰ ਨ ਮਾਧ ਪ੍ਰਦੇਸ਼ ਦੇ ਵਿੱਚ ਪੈਂਦੀ ਆ ਨਰਮ ਨਰਮਦਾ ਨਦੀ ਤੇ ਇਹਦੇ ਤੇ ਬਣਿਆ ਹੋਇਆ ਇੰਦਰਾ ਸਾਗਰ ਡੈਮ ਜਿਹੜਾ ਕਿ ਸਾਡੇ ਭਾਰਤ ਦਾ ਪਾਣੀ ਰਿਜ਼ਰਵ ਕਰਨ ਵਾਲਾ ਸਭ ਤੋਂ ਵੱਡਾ ਡੈਮ ਆ ਠੀਕ ਹੈ ਦੂਜਾ ਭਾਖੜਾ ਵਾ ਨੈਕਸਟ ਹੈ ਭਾਖੜਾ ਨੰਗਲ ਏਸ਼ੀਆ ਦਾ ਸਭ ਤੋਂ ਉੱਚਾ ਡੈਮ ਆ ਹਾਂਜੀ ਭਾਖੜਾ ਜਿਹੜਾ ਭਾਖੜਾ ਨੰਗਲ ਹੈ ਨੰਗਲਾ ਉਹ ਏਸ਼ੀਆ ਦਾ ਸਭ ਤੋਂ ਦੂਜਾ ਉੱਚਾ ਡੈਮ ਆ ਠੀਕ ਹੈ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਰਾਵੀ ਨਦੀ ਤੇ ਬਣੇ ਰੰਜੀਤ ਸਾਗਰ ਡੈਮ ਨੂੰ ਡੈਸ਼ ਕਿਹਾ ਜਾਂਦਾ ਇਹਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਰਾਵੀ ਨਦੀ ਤੇ ਬਣੇ ਹੋਏ ਰੰਜੀਤ ਸਾਗਰ ਡੈਮ ਨੂੰ ਥੀਨ ਡੈਮ ਕਿਹਾ ਜਾਂਦਾ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਪੰਜਾਬ ਦਾ ਪੰਗੋਲੀ ਖੇਤਰ ਕਿੰਨਾ ਹੈ ਹਾਂਜੀ ਹੁਣ ਆਪਣੀ ਨਦੀਆਂ ਨਾਲ ਰਿਲੇਟਡ ਜਿਹੜੇ ਜਿੰਨੇ ਵੀ ਕੁਐਸਚਨ ਸੀਗੇ ਉਹ ਸਾਰੇ ਖਤਮ ਹੋ ਚੁੱਕੇ ਆ ਨੈਕਸਟ ਪੰਜਾਬ ਦੀ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਨਾਲ ਰਿਲੇਟਡ ਜਿਹੜਾ ਅੱਗੇ ਸਾਡਾ ਪਾਰਟ 2 ਆ ਇਹ ਅਸੀਂ ਕੱਲ ਕਵਰ ਕਰਾਂਗੇ ਜਿਹਦੇ ਵਿੱਚ ਅਸੀਂ ਪੰਜਾਬ ਦੇ ਜੰਗਲਾਂ ਦੀ ਗੱਲ ਕਰਾਂਗੇ ਹੁਣ ਤੱਕ ਅੱਜ ਅਸੀਂ ਸਿਰਫ ਨਦੀਆਂ ਦੀ ਗੱਲ ਕੀਤੀ ਆ ਨਦੀਆਂ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟਸ ਸੀ ਉਹ ਮੈਂ ਤੁਹਾਨੂੰ ਦੱਸੇ ਆ ਤੇ ਕੱਲ ਨੂੰ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਬਾਰੇ ਗੱਲ ਕਰਾਂਗੇ ਕਿੰਨਾ ਖੇਤਰਫਲ ਆ ਕਿੰਨੇ ਜੰਗਲ ਪੈ ਜਾਂਦੇ ਆ ਕਿਹੜੇ ਕਿਹੜੇ ਮਤਲਬ ਇਹਦੇ ਤੋਂ ਰਾਜ ਲੱਗ ਹੋਏ ਆ ਇਹ ਸਾਰਾ ਗੱਲ ਕਰਾਂਗੇ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਤਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ